ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫੋਰ ਜੁਆਇਨਿੰਗ ਮੀ ਔਰ ਕੱਲ ਹੀ ਅਸੀਂ ਦੱਸਤਾ ਸੀ ਕੱਲ ਗੱਲਬਾਤ ਕਰਦੇ ਕਰਦੇ ਇੱਕ ਵਿਊਅਰ ਜਿਹੜੇ ਕਿ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਉਹਨਾਂ ਨੇ ਰਿਕੁਐਸਟ ਕੀਤੀ ਕਿ ਉਹ ਸਿੰਸ ਅਨੋਨਿਮਸ ਰਹਿਣਾ ਚਾਹੁੰਦੇ ਨੇ ਕਿ ਉਹ ਰਿਕੁਐਸਟ ਵਾਸਤੇ ਆਪਣਾ ਨਾਮ ਨਹੀਂ ਡਿਕਲੇਅਰ ਕਰਨਾ ਚਾਹੁੰਦੇ ਅਤੇ ਪੂਰੀ ਗੱਲ ਵੀ ਆਪਣੀ ਸਿਚੁਏਸ਼ਨ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਉਹ ਵੀ ਕਹਿੰਦੇ ਕਈਆਂ ਨੂੰ ਪਤਾ ਹੈ ਕਿ ਮੈਂ ਇਸ ਸਿਚੁਏਸ਼ਨ 'ਚ ਹਾਂ ਸੋ ਔਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਹੱਲ ਵੀ ਮਿਲ ਜਾਏਗਾ ਅਗਰ ਅਸੀਂ ਇਹ ਗੱਲ ਕਰੀਏ ਕਿ ਆਫਟਰ ਆਲ ਦੋਸਤੀ ਟੁੱਟਦੀ ਕਿਉਂ ਹੈ ਕਿਹੜੇ ਕਾਰਨਾਂ ਦੇ ਵਿੱਚ ਦੋਸਤੀ ਟੁੱਟ ਜਾਂਦੀ ਹੈ ਫੋਲਆਊਟ ਕਿਸ ਤਰ੍ਹਾਂ ਹੋ ਜਾਂਦੀ ਹੈ ਫਰੈਂਡਸ਼ਿਪ ਦਾ ਐਂਡ ਕਿਵੇਂ ਹੋ ਜਾਂਦਾ ਹੈ ਬ੍ਰੇਕਅਪ ਜਿਵੇਂ ਦੋਸਤੀ ਦੇ ਵਿੱਚ ਕੀ ਕਿਵੇਂ ਹੋ ਜਾਂਦਾ ਹੈ ਇੰਨਾ ਜ਼ਰੂਰ ਸ਼ੇਅਰ ਕਰ ਰਹੇ ਸੀ ਕਿ ਉਹਨਾਂ ਦੀ ਕੋਈ ਬਹੁਤ ਪਿਆਰੀ ਸਹੇਲੀ ਜਿਹੜੀ ਕਿ ਡਿਸਟੈਂਸ ਕ੍ਰੀਏਟ ਕਰ ਰਹੀ ਹੈ ਲੱਗਦਾ ਹੈ ਨਹੀਂ ਜ਼ਿਆਦਾ ਗੱਲ ਕਰ ਰਹੀ ਜਵਾਬ ਦੇ ਰਹੀ ਅਲੱਗ ਅਲੱਗ ਰਹਿਣ ਦੀ ਕਰ ਰਹੀ ਹੈ ਪਰ ਕੀ ਨਾਰਾਜ਼ਗੀ ਹੈ ਇਹਨਾਂ ਨੂੰ ਨਹੀਂ ਪਤਾ ਇਹਨਾਂ ਤੋਂ ਕੀ ਹੋਇਆ ਇਹਨਾਂ ਨੂੰ ਨਹੀਂ ਪਤਾ ਸੋ ਉਹ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਮਿਸ ਬਹੁਤ ਕਰਦੇ ਨੇ ਉਹਨਾਂ ਨੂੰ ਬਹੁਤ ਇਹਨਾਂ 'ਤੇ ਅਸਰ ਹੋਇਆ ਉਸ ਚੀਜ਼ ਦਾ ਕਿ ਇੱਕ ਅੱਛੀ ਦੋਸਤ ਨੇ ਇਸ ਤਰ੍ਹਾਂ ਕਿਉਂ ਕੀਤਾ ਫੈਮਲੀਜ਼ ਹੈਗੀਆਂ ਉਹਦੀ ਵੀ ਫੈਮਲੀ ਇਹਨਾਂ ਦੀ ਵੀ ਫੈਮਲੀ ਹੈ ਸੋ ਅੱਜ ਖਾਸ ਤੌਰ 'ਤੇ ਯੂਨੋ ਦੋਸਤੀ ਕਿਉਂ ਟੁੱਟਦੀ ਹੈ ਮੈਨੂੰ ਵੀ ਲੱਗਿਆ ਕਿ ਅੱਛਾ ਟੋਪਿਕ ਹੈ ਗੱਲ ਕਰਨ ਵਾਸਤੇ ਕਿਉਂਕਿ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਸ ਸਿਚੁਏਸ਼ਨ 'ਚ ਹੋ ਸਕਦੇ ਹਾਂ ਕਦੀ ਯੂਨੋ ਜਿਹੜੀ ਤੋੜਨਾ ਚਾਹ ਰਿਹਾ ਹੈ ਜਾਂ ਟੁੱਟ ਰਹੀ ਹੈ ਦੇਖ ਰਿਹਾ ਔਰ ਸਮਝ ਨਾ ਆ ਰਹੀ ਹੋਏ ਇੱਕ ਤਾਂ ਉਹ ਅੱਛਾ ਰੀਜ਼ਨ ਹੈ ਕਿ ਅਸੀਂ ਇਸ ਬਾਰੇ ਗੱਲ ਕਰੀਏ ਬਾਕੀ ਇੱਕ ਜਾਣੇ ਅਣਜਾਣੇ 'ਚ ਕਿਤੇ ਇਸ ਤਰ੍ਹਾਂ ਹੋ ਤਾਂ ਨਹੀਂ ਰਿਹਾ ਇਹ ਵੀ ਸਾਨੂੰ ਅੱਜ ਕੱਲ੍ਹ ਯੂਨੋ ਇਸ ਰੀਜ਼ਨਸ ਦੇ ਨਾਲ ਸਾਨੂੰ ਥੋੜ੍ਹੀ ਜਿਹੀ ਇਨਸਾਈਟ ਮਿਲੇਗੀ ਕਿ ਅਸੀਂ ਜਿਸ ਦੋਸਤ ਨੂੰ ਨਹੀਂ ਯੂਨੋ ਇੱਕ ਤਰ੍ਹਾਂ ਨਾਲ ਖੋਣਾ ਚਾਹੁੰਦੇ ਸੋ ਇਸ ਤਰ੍ਹਾਂ ਦਾ ਅਗਰ ਕੁਛ ਹੋ ਰਿਹਾ ਤਾਂ ਉਹਨੂੰ ਟਾਈਮਲੀ ਫੈਸ਼ਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਜਾਂ ਅਹਿਸਾਸ ਕਰ ਸਕਦੇ ਹਾਂ ਕਿ ਹਾਂ ਇਸ ਕਰਕੇ ਇਹ ਚੀਜ਼ ਹੋ ਰਹੀ ਹੈ ਸੋ ਆਈ ਥੋਟ ਇਟਸ ਅ ਗੁੱਡ ਵੇ ਟੂ ਜਸਟ ਟੋਕ ਤੁਸੀਂ ਦੱਸੋ ਜ਼ਰੂਰ ਰਾਈਟ ਅਵੇ ਕਾਲਸ ਕਰੋ ਐਂਡ ਕਿ ਦੋਸਤੀ ਟੁੱਟਦੀ ਕਿਉਂ ਹੈ ਅਫਕੋਰਸ ਇੱਕ ਬਹੁਤ ਹੀ ਖੂਬਸੂਰਤ ਮੈਨੂੰ ਲੱਗਦਾ ਹੈ ਰਿਸ਼ਤਾ ਭਾਵੇਂ ਉਹ ਵੁਮੈਨ ਟੂ ਵੁਮੈਨ ਹੋਏ ਮੈਨ ਟੂ ਮੈਨ ਹੋਏ ਕਿ ਇੱਕ ਰੋਮਾਂਟਿਕ ਰਿਸ਼ਤੇ ਤੋਂ ਹਟ ਕੇ ਇੱਕ ਜਿਹੜਾ ਸੇਲਪੁਣੇ ਦਾ ਰਿਸ਼ਤਾ ਹੈ ਇੱਕ ਬੱਡੀਜ਼ ਵਾਲਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਇੰਪੋਰਟੈਂਟ ਹੈ ਆਈ ਮੀਨ ਇਹ ਮੇਰਾ ਆਪਣਾ ਮੰਨਣਾ ਹੈ ਕਿਉਂਕਿ ਕਈ ਚੀਜ਼ਾਂ ਜਦੋਂ ਅਸੀਂ ਰਿਸ਼ਤੇਦਾਰੀ ਭਾਵੇਂ ਭੈਣਾਂ ਭਰਾ ਬਹੁਤ ਅੱਛੀ ਤਰ੍ਹਾਂ ਦੀ ਬੋਂਡਿੰਗ ਹੋਏ ਸਭ ਕੁਝ ਹੋਏ ਬਟ ਇੱਕ ਡਿਫਰੈਂਟ ਲੈਵਲ ਦਾ ਅੰਡਰਸਟੈਂਡਿੰਗ ਹੁੰਦੀ ਹੈ ਇੱਕ ਡਿਫਰੈਂਟ ਲੈਵਲ ਦਾ ਕੰਸਰਨ ਹੁੰਦਾ ਔਰ ਅਨਫੋਰਚੁਨੇਟਲੀ ਇੱਕ ਡਿਫਰੈਂਟ ਲੈਵਲ ਦਾ ਮਨੀ ਮੈਟਰਸ ਇਨਵੋਲਵਡ ਹੁੰਦੇ ਹੈ ਸੋ ਉਹ ਇੱਕ ਪਾਸੇ ਹੈ ਪਰ ਦੋਸਤੀ ਜਿਹੜੀ ਕਿ ਖਾਸ ਤੌਰ 'ਤੇ ਉਹ ਦੋਸਤੀ ਜਿਹੜੀ ਕਿ ਤੁਹਾਡੇ ਸੇਮ ਲੈਵਲ 'ਤੇ ਤੁਸੀਂ ਈਦਰ ਤੁਸੀਂ ਇਕੱਠੇ ਸੀਗੇ ਸਕੂਲਾਂ ਵਿੱਚ ਕਾਲਜਿਸ ਵਿੱਚ ਜਾਂ ਕੁਛ ਟਾਈਮ ਤੁਹਾਨੂੰ ਇਕੱਠੇ ਬਿਤਾਉਣ ਨੂੰ ਮਿਲਿਆ ਸੋ ਕਿਸੇ ਵੀ ਲੈਵਲ 'ਤੇ ਤੁਸੀਂ ਯੂਨੋ ਕੁਛ ਦੇਰ ਜਦੋਂ ਇਕੱਠੇ ਰਹੇ ਹੋ ਐਂਡ ਦੈਨ ਯੂ ਚੋਜ਼ ਬਿਕੋਜ਼ ਉਸੀ ਜਗ੍ਹਾ ਦੇ ਉੱਤੇ ਬੜੇ ਬੰਦੇ ਹੋਣਗੇ ਫੋਰ ਐਗਜ਼ਾਮਪਲ ਸਕੂਲ ਹੀ ਹੈ ਤੁਹਾਡੇ ਯੂਨੋ 25-30 ਬੱਚੇ ਹੈਗੇ ਇੱਕੋ ਕਲਾਸ ਦੇ ਵਿੱਚ ਹੋ ਸਕਦਾ ਸਾਡੇ ਟਾਈਮ ਦੇ ਹਿਸਾਬ ਨਾਲ ਬੜੇ ਜ਼ਿਆਦਾ ਨੰਬਰ ਹੁੰਦਾ ਸੀਗਾ ਫਿਰ ਵੀ ਤੁਸੀਂ 2-3-1 ਯੂਨੋ 4-5 ਮਤਲਬ ਬੜਾ ਛੋਟਾ ਗਰੁੱਪ ਹੈਗਾ ਜਿਹੜੇ ਨੂੰ ਤੁਸੀਂ ਲੌਂਗ ਟਰਮ ਵਾਸਤੇ ਤੁਸੀਂ ਫੋਲੋਅਪ ਕਰਦੇ ਹੋ ਔਰ ਉਹਨਾਂ ਦੇ ਨਾਲ ਯੂਨੋ ਆਪਣੀ ਜ਼ਿੰਦਗੀ ਕਾਫੀ ਹੱਦ ਤੱਕ ਬਿਤਾਉਂਦੇ ਹੋ ਭਾਵੇਂ ਉਹ ਫਿਜ਼ੀਕਲ ਬਿਤਾਓ ਪਰ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਫਿਜ਼ੀਕਲੀ ਕੋਲ ਨਹੀਂ ਵੀ ਹੋ ਅਤੇ ਤੁਸੀਂ ਫੋਨਸ ਈਮੇਲਸ ਯੂਨੋ ਲੈਟਰਸ ਔਰ ਵਟਐਵਰ ਕੋਈ ਤਰੀਕਾ ਜ਼ਰੂਰ ਤੁਸੀਂ ਲੱਭ ਲੈਂਦੇ ਹੋ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਉਹਨਾਂ ਨਾਲ ਕਨੈਕਟਡ ਰੱਖਦੇ ਹੋ ਉਹਨਾਂ ਦੀ ਜ਼ਿੰਦਗੀ 'ਚ ਕੀ ਹੋ ਰਿਹਾ ਉਹਨਾਂ ਦੇ ਯੂਨੋ ਉਹ ਖੁਸ਼ ਨੇ ਠੀਕ ਨੇ ਉਹਨਾਂ ਦੇ ਸ਼ਾਮਿਲ ਹੁੰਦੇ ਹੋ ਸੋ ਉਹ ਜਿਹੜਾ ਰਿਸ਼ਤਾ ਹੈ ਨਾ ਬਹੁਤ ਹੀ ਇੰਪੋਰਟੈਂਟ ਹੈ ਔਰ ਬਹੁਤ ਸਾਰੇ ਚੀਜ਼ਾਂ ਦੇ ਸਾਡੇ ਆਪਣੇ ਜਿਹੜੇ ਗਮ ਹੈਗੇ ਆ ਨਾ ਬੜੀ ਵਾਰੀ ਜਿਹੜੀਆਂ ਓਬਸਟੇਕਲ ਸਾਡੇ ਜ਼ਿੰਦਗੀਆਂ ਦੇ ਵਿੱਚ ਆਉਂਦੀਆਂ ਮੈਨੂੰ ਲੱਗਦਾ ਉਹਨਾਂ ਦੀ ਥੈਰੇਪੀ ਵੀ ਬਹੁਤ ਜਿਹੜੇ ਕਲੋਜ਼ ਫਰੈਂਡਸ ਹੈ ਉਹ ਬਹੁਤ ਜ਼ਿਆਦਾ ਹੈਗੇ ਸੋ
डेफिनेटली जिस तरह इस इन्हां ने सोचा या कल जिस तरह ने सोचा कि अच्छा दोस्त गुआना कोई इंटेंशनली नहीं चाहता, कुछ ना कुछ जरूर ऐसी मजबूरी, ऐसा भावें परसैप्शन है भावें थोड़ा अपना उस वेले नज़रिया हैगा जिहड़ा कॉज कर रहा है कि तुसी उना उस दोस्त नू परे करो, पर कोई खुशी खुशी आराम नाल एक अच्छे दोस्त नू नहीं गुआना चाहता। सो केड़े रीजनज़ है जिदे विच एक अच्छा दोस्त तुहानू लगता है कि वो डिस्टेंट हो जाता है या दोस्ती टुट जाती है या यू नो तुसी मना तो दिलां तो दूर हो जाते हो? इस बारे आज गल करांगे और मैं यकीन है कि इस चीज़ की बहुत एक थेरेप्यूटिक इंपैक्ट है। सो प्लीज़ डू कॉल, जिहड़ियां कॉल्स आ रही हैं असी वो लै भी लैंदे हैं नाल ही नाल, सो दैट तुसी भी कॉल्स करते रहो। हैलो, हाँ जी, सत श्री अकाल। थैंक यू फॉर कॉलिंग जसप्रीत, दसो की कहंदे हो? थैंक यू जी, बड़ा अच्छा सवाल तुसी पुछया अज जी। ते कई कारण हो सकते हैं पर मैं कहांगी जो तो इस चीज तो हुंदा ना वो बहुत ज्यादा। आई नो, या दैट्स ट्रू। जितना तुसी कहने हो लेडीज कहंदे आ भाई मैं पढ़या ਉਹਨਾਂ ਦੀ ਜ਼ਿੰਦਗੀ 5 ਸਾਲ ਜ਼ਿਆਦਾ ਔਨ ਐਵਰੇਜ ਆਦਮੀਆਂ ਤੋਂ ਜੀਂਦੇ ਹੈਗੇ ਆ ਬਿਕਾਜ਼ ਉਹਨਾਂ ਦਾ ਇਮੋਸ਼ਨਲ ਸਪੋਰਟ ਸਿਸਟਮ ਇੰਨਾ ਸਟਰੋਂਗ ਹੁੰਦਾ ਤੇ ਸਾਨੂੰ ਫਿਰ ਉਹ ਦੁੱਖ ਜਿੱਦਾਂ ਇੱਦਾਂ ਹੋਇਆ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ, ਦਿਲ ਟੁੱਟ ਜਾਂਦਾ ਤੇ ਕਾਰਨ ਬੜੇ ਸਾਰੇ ਹੋ ਸਕਦੇ ਆ ਪਰ ਤੁਹਾਨੂੰ ਪਤਾ ਮੈਂ ਕਮਿਊਨੀਕੇਸ਼ਨ ਬਹੁਤ ਸਟਰੋਂਗਲੀ ਬਿਲੀਵ ਕਰਦੀ ਹਾਂ ਜੀ ਤੇ ਕਈ ਵਾਰੀ ਨਾ ਉਹ ਬੰਦਾ ਤੁਹਾਨੂੰ ਦੱਸ ਨਹੀਂ ਸਕਦਾ ਹੁੰਦਾ ਪਰ ਕੀ ਪਤਾ ਤੁਸੀਂ ਕੁਛ ਕਹਿਤਾ ਜਾਂ ਕਰਤਾ ਜਿਹਦੇ ਕਰਕੇ ਉਹ ਥੋੜੇ ਦੂਰ ਹੋ ਗਏ ਤੇ ਤੁਸੀਂ ਇੰਨਾ ਜ਼ਿਆਦਾ ਆਪਣੀ ਦੋਸਤੀ ਜਾਂ ਕੋਈ ਵੀ ਰਿਸ਼ਤੇ ਨੂੰ ਵੈਲਿਊ ਕਰਦੇ ਹੋ ਜੀ ਪਰ ਕੀ ਰਿਸਪੋਂਸਿਬਿਲਿਟੀ ਬਣਦੀ ਆ ਵੀ ਤੁਸੀਂ ਗੱਲ ਕਰੋ, ਪੁੱਛੋ ਕੀ ਹੋ ਗਿਆ, ਕੀ ਕਰ ਸਕਦੇ ਹੋ, ਕਿੱਦਾਂ ਰਿਪੇਅਰ ਕਰ ਸਕਦੇ ਹੋ, ਯੂ ਨੋ ਕੀ ਤੇ ਕਾਫੀ ਵਾਰੀ ਬਸ ਕਈ ਵਾਰੀ ਸਿਚੁਏਸ਼ਨ ਬਦਲ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਮੇ ਵੀ ਤੁਸੀਂ ਦੱਸ ਨਹੀਂ ਪਾ ਸਕਦੇ ਯੂ ਨੋ ਤੇ ਜਾਂ ਉਹ ਬੰਦੇ ਮਤਲਬ ਨੇ ਕੁਛ ਕਹਿਤਾ ਜਾਂ ਕਰਤਾ ਪਰ ਤੁਹਾਨੂੰ ਦੱਸਣਾ ਚਾਹੀਦਾ ਵੀ ਕੀ ਹੋ ਗਿਆ ਪਰ ਮੈਂ ਕਹਿੰਦੀ ਇਹਨਾਂ ਨੂੰ ਕਲੋਜ਼ਰ ਨਹੀਂ ਮਿਲਦਾ। ਹਾਂਜੀ, ਜਦੋਂ ਨਾ ਮੈਂ ਕਹਿੰਦੀ ਆ ਡਿਫਿਕਲਟ ਕਨਵਰਸੇਸ਼ਨ ਕਰਨੀ ਬਹੁਤ ਔਖੀ ਹੁੰਦੀ ਆ ਪਰ ਅਸੀਂ ਜਿੰਨੀ ਜ਼ਿਆਦਾ ਕਰਦੇ ਆ ਉਨਾ ਬੈਟਰ ਹੋ ਜਾਾਂਗੇ। ਬਹੁਤ ਵਧੀਆ, ਜਦੋਂ ਟਾਈਮ ਠੀਕ ਹੈਗਾ ਨਾ ਤੇ ਟਾਈਮਿੰਗ ਬਹੁਤ ਇੰਪੋਰਟੈਂਟ ਆ ਤੇ ਬੰਦੇ ਦਾ ਮੂਡ ਠੀਕ ਆ ਤੇ ਜਿੱਥੇ ਤੁਸੀਂ ਦੋਨੋ ਬੈਠ ਕੇ ਗੱਲ ਕਰ ਸਕਦੇ ਹੋ ਆਰਾਮ ਨਾਲ ਇਕੱਲੇ, ਬਹੁਤ ਵਧੀਆ ਤੇ ਪੁੱਛੋ ਕੀ ਹੋ ਗਿਆ ਤੇ ਯੂ ਨੋ ਬੜਾ ਆਨੈਸਟਲੀ ਓਪਨਲੀ ਫਰੈਂਕ ਗੱਲ ਕਰਨੀ ਪਊਗੀ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਨੀ ਕੀ ਹੋ ਗਿਆ ਤੇ ਤੁਸੀਂ ਕੀ ਕਰ ਸਕਦੇ ਹੋ ਯੂ ਨੋ ਤੇ। ਬਹੁਤ ਵਧੀਆ ਜਸਪ੍ਰੀਤ, ਦੈਟਸ ਅ ਵੈਰੀ ਗੁੱਡ ਸਟਾਰਟ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਥੈਂਕ ਯੂ ਸੋ ਮਚ ਐਂਡ ਸੋਰੀ थैंक यू सो मच एंड कोई होर भी कोई गल हो जरूर। जिस तरह जसप्रीत ने एक शुरुआत की है कि कम्युनिकेशन कई बार फॉल आउट सिर्फ इन्ना है कि गल कही नहीं या फिर किसी ने कुछ कहता तो तुम दस्या नहीं कि माड़ा लग्या तरीके नाल नहीं किया या फिर यू नो वो तो फिर बिल्कुल ऑबवियस है कि जो थोड़ी गल नहीं ठीक लगी और तुम कह भी दिता तो फिर लड़ाई होगी और एक बंद ने उन्होंने इन्ना व्डा लै लिया कि डिस्टेंट अपने आप को समझने लग गए और करना शुरू करता। बट ओवरऑल जड़ी नाल ही जसप्रीत ने जड़ी ये गल कही ना कि तरीका क्लोजर चाहिए, अगर थानू गिला हैगा दोस्तों और तुसी सोचते हो मैं सडनली मैं यू नो बोलना बंद कर दा, डिस्टेंस क्रिएट कर ला, वो कोई खास अच्छी गल नहीं। सो मतलब या तो उन्होंने दसो बैठो कि हाँ यह गल है या फिर यू नो कम या ओई जसप्रीत का यही है कि टॉक टू द परसन कि मैं ये चीज़ नहीं पसंद आई, तुम भी दस सकते हो कि अगर वाकई ही करनी पैंती है एंड
यू नो कई सरकमस्टांसिस हो सकते हैं कि जिस करके करनी पैंदी उहदे विच तुसीं गल दसो या फिर यू नो होर भी तरीके केड़े हैं जिहदे विच अच्छी एक अच्छा तरीका फ्रेंडशिप एंड करन दा, पर रीज़न केड़े हैं कि फ्रेंडशिप एंड हो जाती है उहदी भी असीं गल कर रहे हैं। सो लैट मी टेक अ शॉर्ट ब्रेक ते मैं तुहाडी कॉल्स लैनी आ, जरूर करदे रहो। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਬੜੇ ਦਿਨ ਹੋ ਗਏ, ਬਾਤ ਸੁਣਨੀ ਹੈ ਤੇ ਪਰ ਗੱਲ ਨਹੀਂ ਹੋ ਪਾ ਰਹੀ। ਹਾਂਜੀ ਹਾਂਜੀ, ਦੱਸੋ ਆਂਟੀ ਜੀ। ਅੱਜ ਦੋਸਤੀ ਲੈਂਦੀ ਜੀ। ਦੋਸਤੀ ਜਿਹੜੀ ਹੈ ਨਾ ਬੇਟੇ, ਬੜੀ ਚੰਗੀ ਚੀਜ਼ ਹੈ, ਆਪਣੇ ਭਾਈ ਹੈ ਤਾਂ, ਹੈ ਨਾ। ਟੁੱਟਦੀ ਕਿਹੜੇ ਕਾਰਨਾਂ ਕੱਲ ਕਰਕੇ ਹੈਗੀ ਹੈ ਉਹਦੀ ਗੱਲ ਕਰ ਰਹੇ ਆਂਟੀ ਜੀ। ਤੁਸੀਂ ਕੀ ਗੱਲ ਕਰ ਰਹੇ ਹੋ? ਟੁੱਟਦੀ ਕਿਉਂ ਹੈ ਜਦੋਂ ਦੋਸਤੀ ਹੈ, ਉਹ ਟੁੱਟਦੀ ਕਿਹੜੇ ਰੀਜ਼ਨਸ ਕਰਕੇ ਟੁੱਟਦੀ ਹੈ? ਬੇਟੇ ਟੁੱਟਣੀ ਸੌਖੀ ਹੋ ਜਾਂਦੀ ਹੈ ਤੇ ਗੱਲਣੀ ਔਖੀ ਹੋ ਜਾਂਦੀ ਹੈ। ਮੇਰਾ ਮਤਲਬ ਇਹ ਹੈਗਾ, ਇੰਨਾ ਪਿਆਰ ਹੁੰਦਾ ਕਈ ਵਾਰੀ ਦੋਸਤੀ ਦਾ, ਜਦੋਂ ਥੋੜੀ ਜਿਹੀ ਗੱਲ ਆਪਾਂ ਇੱਕ ਦੂਜੇ ਨਾਲ ਕਲੀਅਰ ਨਹੀਂ ਨਾ ਕਰਦੇ, ਕੋਈ ਵੀ ਸੁਣੋ ਤੁਸੀਂ ਕਲੀਅਰ ਕਰੋ, ਤੁਹਾਡੀ ਦੋਸਤੀ ਚ ਫਰਕ ਨਾ ਪੈਗਾ। ਕੀ ਪਤਾ ਮੇਰੀ ਗਲਤੀ ਜਾਂ ਤੁਹਾਡੀ ਗਲਤੀ, ਉਹ ਕਲੀਅਰ ਹੋ ਜਾਏਗੀ ਨਾ ਇੱਕ ਦੂਜੇ ਨਾਲ, ਫਿਰ ਕੰਪਰੋਮਾਈਜ਼ ਹੋ ਜਾਏਗੀ ਕਿ ਚੱਲ ਕੋਈ ਨੀ ਵੀ ਪਈ। ਤੇ ਜੇ ਅਸੀਂ ਆਪਾਂ ਬਹਿ ਕੇ ਕਲੀਅਰ ਨਾ ਕਰੀਏ, ਇੱਕ ਦੂਜੇ ਸਾਹਮਣੇ ਨਾ ਆਵਾਂਗੇ ਤੇ ਮਨ ਚ ਮਨ ਮੁਟਾਪ ਰੱਖੀ ਰੱਖਣਗੇ ਤੇ ਟੁੱਟਣੀ ਹੈ ਨਾ। ਜੀ 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 ਜੀ। ਦੋ ਬੰਦੇ ਸੀ, ਉਹ ਨਾ ਇੱਕ ਬੰਦਾ ਉੱਧਰ ਖੜ ਗਿਆ ਉੱਧਰ ਖੜ ਗਿਆ, ਆਪਣੇ ਹਰਿਆਣੇ ਦੀ ਗੱਲ ਹੈ, ਤੇ ਗੁੱਟਾਂ ਵਿੱਚ ਤੇ ਜਿਹੜਾ ਦੋਸਤ ਸੀ ਨਾ ਉਹ ਕਹੇ ਵੀ ਮੈਂ ਕਿੱਧਰ ਜਾਵਾਂ, ਇਹਦੇ ਪਾਸੇ ਜਾਵਾਂ ਉੱਧਰ ਜਾਵਾਂ, ਤੀਜਾ ਬੰਦਾ ਜਿਹੜਾ ਦੂਜੇ ਪਾਸੇ ਚਲਾ ਗਿਆ ਤੇ ਦੂਜੇ ਨੇ ਰੁਸਣਾ ਹੀ ਸੀ। ਫਿਰ ਤਾਂ ਉਹ ਕੀ ਹੋਇਆ ਵੀ ਉਹਨਾਂ ਦੀ ਇੰਨੀ ਪਿਆਰੀ ਦੋਸਤੀ ਸੀ ਬੇਟਾ, ਸਾਰੀ ਜ਼ਿੰਦਗੀ ਇਸ ਕਰਕੇ ਟੁੱਟ ਗਈ ਕਿ ਜਾ ਕੇ ਉੱਧਰ ਵੋਟ ਪੈ ਗਈ। ਇੱਕ ਨਾਲ ਮਿਲੇ ਨਹੀਂ, ਇੱਕ ਦੂਜੇ ਨਾਲ ਬੈਠੇ ਨਹੀਂ, ਮਨ ਦੀ ਗੱਲ ਖੋਲੀ ਨਹੀਂ ਵੀ ਚਲੋ ਗਲਤੀ ਮੰਨੀ ਨਹੀਂ ਤੇ ਜਿਹੜੀ ਜਾ ਰਹੀ ਸੀ ਉਹ ਟੁੱਟ ਗਈ, ਬੜੀ ਖਰਾਬੀ ਆ ਗਈ ਤੇ ਸਾਰੀ ਜ਼ਿੰਦਗੀ ਉਹ ਇਸ ਵੇਲੇ ਆ ਮਹੀਨਾ ਕੁ ਆਇਆ ਉਹਦੀ ਡੈਥ ਹੋ ਗਈ ਤੇ ਆਪਸੇ ਬੋਲ ਨਾ ਸਕੇ। ਤੇ ਜੇ ਕਦੀ ਰਲ ਜਾਂਦੇ ਬਹਿ ਜਾਂਦੇ, ਮਨ ਦੀ ਹਵਾੜ ਕੱਢ ਲੈਂਦੇ, ਇੱਕ ਦਿਨ ਦੱਸ ਦਿੰਦੇ, ਫਿਰ ਮਿਲ ਜਾਂਦੇ ਤੇ ਦੋਸਤੀ ਸ਼ਾਇਦ ਉਹ ਚਲੇ ਜਾਣਾ ਹੀ ਸੀ ਨਾ। ਸੋ ਹੈਗਾ ਕਦੀ ਵੀ ਤੁਹਾਡੇ ਮਨ ਚ ਕੋਈ ਗੱਲ ਆਉਂਦੀ ਕਲੀਅਰ ਜ਼ਰੂਰ ਕਰੋ। ਬਹੁਤ ਵਧੀਆ ਆਂਟੀ ਜੀ, ਯਾਰੀ ਤੋੜ ਕੇ ਯਾਰ ਨੂੰ ਕਦੀ ਨਾ ਭੰਡੀ ਜੀ। ਥੈਂਕ ਯੂ ਸੋ ਮਚ ਆਂਟੀ ਜੀ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ, ਔਰ ਕੋਸ਼ਿਸ਼ ਕਰਾਂਗੇ ਯੂ ਨੋ ਆਪਣੀ ਗੱਲ ਬਰੀਫਲੀ ਕਹੀਏ ਤੇ ਨਾਲੇ ਜਿਹੜੇ ਪੁਆਇੰਟਸ ਹੋ ਗਏ ਇਹ ਸੇਮ ਗੱਲ ਹੈ ਕਿ ਕਮਿਊਨੀਕੇਸ਼ਨ ਜਿਹੜੀ ਹੈ ਉਹ ਰਹਿ ਗਈ ਜੇ ਗੱਲ ਨਹੀਂ ਕੀਤੀ। ਹੋਰ ਬੜੇ ਰੀਜ਼ਨਸ ਹੋਣੇ, ਕਿਸੇ 'ਚ ਮੈਨੂੰ ਲੱਗਦਾ ਡਿਸਟੈਂਸ ਵੀ ਬਣ ਜਾਂਦਾ ਹੈ ਕਿ ਹਾਂ ਦੂਰ ਹੋ ਗਏ ਸਰ, ਆਪਣੀਆਂ ਆਪਣੀਆਂ ਜ਼ਿੰਦਗੀਆਂ ਹੋ ਗਈਆਂ, ਇਟ ਇਜ਼ ਨੋਟ ਅਬਾਊਟ ਯੂ, ਬਟ ਆਪਣੀਆਂ ਪ੍ਰਾਇਰਟੀਜ਼ ਬਦਲ ਗਈਆਂ। ਸੋ ਹੋਰ ਵੀ ਰੀਜ਼ਨਸ ਪਲੀਜ਼ ਜ਼ਰੂਰ ਦੱਸੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਲੀਜ਼ ਟੀਵੀ ਦਾ ਵੋਲਿਊਮ ਘਟਾ ਦਿਓ, ਫੋਨ 'ਤੇ ਸਾਡੇ ਨਾਲ ਗੱਲ ਕਰੋ। ਮੈਨੂੰ ਹਾਲੇ ਵੀ ਤੁਹਾਡੇ ਟੀਵੀ ਦੀ ਆਵਾਜ਼ ਆ ਰਹੀ ਹੈ, ਪਲੀਜ਼ ਤੁਸੀਂ ਦੁਬਾਰਾ ਕਾਲ ਕਰੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਰਿੰਦਰ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਮੇਰਾ ਕਹਿਣਾ ਹੈ ਕਿ ਦੋਸਤੀ ਆਪਾਂ ਬਣਾਉਂਦੇ ਹੈਗੇ ਆ, ਲੇਕਿਨ ਦੋਸਤੀ ਨੂੰ ਆਪਾਂ ਫੈਮਿਲੀ ਵਾਂਗ ਹੀ ਨਿਭਾਉਂਦੇ ਆ, ਰਾਈਟ? ਪਰ ਜਦੋਂ ਟੁੱਟ ਗਈ ਤਾਂ ਕੋਈ ਤਾਂ ਕਾਰਨ ਹੁੰਦਾ ਹੈ ਨਾ ਉਹਦਾ, ਪਰ ਉਸ ਕਾਰਨ ਨੂੰ ਪਤਾ ਕਰਕੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਕਾਰਨ ਕਿਹੜੇ ਕਿਹੜੇ ਹੋ ਸਕਦੇ ਆ ਤੁਸੀਂ ਮੈਨੂੰ ਦੱਸੋ। ਕਾਰਨ ਹੋ ਸਕਦਾ ਕੋਈ ਇਹਨਾਂ ਕੋਲੋਂ ਕਿਸੇ ਕਾਰਨ ਦੀ ਗੱਲ ਗਲਤੀ ਵਿੱਚ ਕਹਿ ਹੋ ਗਈ, ਬੋਲ ਗਏ, ਜਾਂ ਉਹਨਾਂ ਨੂੰ ਉਹ ਗੱਲ ਚੰਗੀ ਨਾ ਲੱਗੀ, ਚੁੱਭ ਗਈ। ਹਾਂਜੀ ਹਾਂਜੀ, ਚੁੱਭ ਗਈ ਹੋਵੇ। ਕਈ ਵਾਰ ਆਪਾਂ ਨਾ ਕਿਸੇ ਕੋਈ ਗੱਲ ਕਹਿ ਦਿੰਦੇ ਹਾਂ, ਅਸੀਂ ਸਿੰਪਲ ਤੌਰ ਤੇ ਕਹਿੰਦੇ ਹਾਂ, ਉਹ ਹੋ ਸਕਦਾ ਉਹਦੀ ਫਰੈਂਡ ਨੂੰ ਨਹੀਂ ਚੰਗੀ ਲੱਗੀ ਹੋਏਗੀ। ਤੇ ਅਗਰ ਇਹ ਹੈਗਾ ਜੀ ਏਦਾਂ ਦੀ ਕੋਈ ਗੱਲ ਹੈਗੀ ਵੀ ਆ, ਸਮਝੋ ਇੱਕ ਦੂਸਰੇ ਨਾਲ ਨਾ ਗੱਲ ਕਰਨੀ ਚਾਹੀਦੀ ਆ ਮੱਚ ਪੈ ਕਰ, ਹੈ ਨਾ। ਇਵੇਂ ਨਹੀਂ ਹੁੰਦਾ ਕਿ ਮੇਰੀ ਫਰੈਂਡਸ਼ਿਪ ਹੈਗੀ ਉਹਦੇ ਨਾਲ, ਦੋਸਤੀ ਟੁੱਟ ਗਈ ਸਾਡੀ, ਪਰ ਸਾਡੇ ਨਾਲ ਕਿੰਨੀਆਂ ਗੱਲਾਂ ਆਪਾਂ ਦੁੱਖ ਸੁੱਖ ਦੀਆਂ ਸਾਂਝੀਆਂ ਕੀਤੀਆਂ ਹੋਣਗੀਆਂ ਉਹਨਾਂ ਦੇ ਨਾਲ। ਤੇ ਉਹਨਾਂ ਨੂੰ ਚਾਹੀਦਾ, ਅਗਰ ਕੋਈ ਗਲਤ ਫਹਿਮੀ ਹੋ ਜਾਂਦੀ ਹੈ, ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ, ਪਰ ਅਗਰ ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲੋਂ ਕੋਈ ਗੱਲ ਹੋਵੇ, ਉਹਨਾਂ ਨੂੰ ਬਿਠਾ ਕੇ ਪੁੱਛਣ। ਹੁਣ ਜਿਹਨਾਂ ਨੇ ਤੁਹਾਨੂੰ ਕੁਐਸਚਨ ਕੀਤਾ, ਜਿਹੜੇ ਦੂਸਰੇ ਨੇ ਜਿਹਨਾਂ ਨਾਲ ਉਹਦੀ ਦੋਸਤੀ ਟੁੱਟੀ ਹੈ ਨਾ, ਉਹਨੂੰ ਫੀਲ ਤਾਂ ਉਹਨਾਂ ਨੂੰ ਵੀ ਹੁੰਦਾ ਹੋਣਾ, ਪਰ ਗੱਲ ਕਰ ਲੈਣੀ ਚਾਹੀਦੀ ਹੈ ਉਹਨਾਂ ਨੂੰ। ਪੁੱਛ ਲਓ ਵੀ ਕੀ ਗੱਲ ਹੈ, ਤੁਸੀਂ ਗੁੱਸੇ ਕਿਉਂ, ਕੀ ਮੇਰੇ ਕੋਲ ਗਲਤ ਕਹਿ ਹੋ ਗਿਆ ਜਿਸ ਕਾਰਨ ਕਿ ਤੁਹਾਨੂੰ ਨਹੀਂ ਚੰਗਾ ਲੱਗਿਆ, ਸੋਰੀ ਆ। ਤੇ ਇੱਦਾਂ ਦੀਆਂ ਗੱਲਾਂ ਦੇ ਵਿੱਚ ਕੋਈ ਇੱਕ ਦੂਜੇ ਨੂੰ ਗੱਲ ਕਹਿ ਲੈਣੀ ਕੋਈ ਵੱਡੀ ਗੱਲ ਨਹੀਂ ਹੁੰਦੀ।
ਠੀਕ ਹੈ ਸੁਰਿੰਦਰ ਜੀ, ਹੈਨਾ, ਬਹੁਤ ਵਧੀਆ। ਹੋਰ ਵੀ ਕੁਛ ਧਿਆਨ ਆਏ ਜੀ, ਹੋਰ ਕੁਛ ਵੀ ਧਿਆਨ ਆਏ ਤੇ ਜ਼ਰੂਰ ਦੱਸਿਓ, ਕਿਉਂਕਿ ਅਸੀਂ ਹੋਰ ਕਾਲ ਲੈਨੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਨਸੀਬ ਜੀ ਦੱਸੋ ਕੀ ਕਹਿੰਦੇ ਹੋ? ਹਾਂਜੀ, ਉਧਰ ਮੇਰੇ ਬੇਟੇ ਦਾ ਫੋਨ ਆਇਆ ਤਾਂ ਸੀ। ਹਾਂਜੀ ਅੱਛੀ, ਹਾਂਜੀ, ਕੀ ਕਹਿੰਦੇ ਹੋ ਕਿ ਦੋਸਤੀ ਕਿਹੜੇ ਹਾਲਾਤਾਂ 'ਚ ਟੁੱਟ ਜਾਂਦੀ ਹੈ? ਇਹ ਪਹਿਲਾਂ ਨੀ ਮੈਂ ਸਤਾ ਤੇ ਥੋੜੀ ਜਿਹੀ ਮੇਰੀ ਕੁੜੀਆਂ ਕਿਵੇਂ? ਕੁਛ ਨੀ, ਤੁਸੀਂ ਸਿਰਫ ਇਹ ਦੱਸੋ ਦੋਸਤੀ ਕਿਹੜੇ ਹਾਲਾਤਾਂ 'ਚ ਟੁੱਟ ਜਾਂਦੀ ਹੈ? ਦੋਸਤੀ, ਹਾਂ ਦੋਸਤੀ ਤਾਂ ਪਤਾ ਹੀ ਆ, ਦੋਸਤੀ ਬਹੁਤਾ ਚਿਰ ਨਹੀਂ ਨਿਭਦੀ ਹੁੰਦੀ। ਇਹ ਕਿੰਨੀ ਮਰਜ਼ੀ ਜ਼ੋਰ ਲਾ ਲਓ, ਸਾਰੇ ਰਾਜੇ ਰਾਣਿਆਂ ਦੇ ਵੀ ਇਹ ਮੁੰਡੇ ਕੁੜੀਆਂ ਹੁੰਦੇ ਸੀ। ਬਹੁਤ ਕੋਈ ਗਰੀਬ ਅਮੀਰ ਹੋਵੇ, ਜਿਹੜੀ ਦੋਸਤੀ ਹੁੰਦੀ ਹੈ ਨਾ ਜੀ, ਇਹ ਬਸ 2 ਸਾਲ ਜਾਂ 3 ਸਾਲ ਨਿਭਦੀ, ਉਸ ਤੋਂ ਬਾਅਦ ਜਾਂ ਤੀਜਾ ਬੰਦਾ ਫਰਕ ਪਾ ਦਿੰਦਾ ਜਾਂ ਆਪ ਤੋਂ ਕੋਈ ਗਲਤੀ ਹੋ ਜਾਂਦੀ ਹੈ। ਦੂਜੇ ਨੂੰ ਨਹੀਂ ਚੰਗੀ ਲੱਗਦੀ, ਸਾਹਮਣੇ ਵਾਲੇ ਨੂੰ, ਉਹ ਸੋਚਦਾ ਵੀ ਮੈਨੂੰ ਕਦੀ ਲਾ ਕੇ ਕਹੀ ਆ। ਉਹ ਜਦੋਂ ਵਿਗੜਨੀ ਹੁੰਦੀ ਹੈ ਨਾ, ਕੁਦਰਤ ਦੀ ਗੱਲ ਹੁੰਦੀ ਹੈ, ਵਿਗੜ ਜਾਂਦੀ ਹੈ। ਫਿਰ ਤੈਨੂੰ ਪਤਾ ਵੀ ਰਮੈਨ ਭੈਣ ਜੀ ਮੇਰਾ ਪਤਾ ਕੀ, ਫਿਰ ਜਦੋਂ ਸੀਸਾ ਹੁਣ ਪਵਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਦੋਂ ਸੀਸੇ 'ਚ ਕਿਹੜਾ ਤੇਲ ਆ ਜਾਂਦੀ ਨਾ, ਉਹ ਕਦੇ ਜੁੜਦਾ ਪੂਰੀ ਤਰ੍ਹਾਂ। ਹਾਂ ਹਾਂ ਹਾਂ, ਪੂਰੀ ਤਰ੍ਹਾਂ ਮੂੰਹ 2 ਦਿਸਣ ਲੱਗ ਜਾਣਗੇ, ਗਲਤ ਦਿਸਣ ਲੱਗ ਜਾਣਗੇ, ਪਰ ਉਹ ਤੇਲ ਤੇਲ ਰਹੂ, ਦਿਲ 'ਚ ਗੱਲ ਉਹ ਰਹੂਗੀ। ਤੇ ਲੋਕ ਆਪਾਂ ਬੋਲ ਬੁਲਾ ਵੀ ਦਿੰਦਾ, ਅਗਲਾ ਸੁਰ ਵੀ ਕਰਾ ਦਿੰਦਾ, ਥੱਕੇ ਭੈਣ ਭਰਾਵਾਂ ਦੀ ਵੀ ਦੋਸਤੀ ਨਾਲ ਜ਼ਿਆਦਾ ਪਿਆਰ ਹੁੰਦਾ। ਕਈ ਵਾਰ ਉਹਨਾਂ ਦਾ ਮਨ ਮਤਾ ਹੋ ਜੇ, ਉਹ ਵੀ ਮੁਸ਼ਕਲ ਨਾਲ ਠੀਕ ਹੁੰਦਾ। ਸੋ ਤੁਹਾਡਾ ਇੱਕ ਹੋਰ ਜਿਹੜਾ ਪੁਆਇੰਟ ਹੈ, ਬਹੁਤ ਵਧੀਆ, ਥੈਂਕ ਯੂ ਸੋ ਮੱਚ, ਕਿ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਕਿ ਕਈ ਵਾਰੀ ਤੀਜਾ ਬੰਦਾ, ਸਾਨੂੰ ਲੱਗਦਾ ਕਿ ਤੀਜਾ ਬੰਦਾ ਜਿਹੜਾ ਹੈ ਉਹ ਇਹ ਚੀਜ਼ ਕਰ ਜਾਂਦਾ ਹੈ ਕਿ ਵਿੱਚ ਕਿਸੇ ਨੇ ਲਗਾ ਦਿੱਤੀ। ਔਰ ਕੋਈ ਦੋਸਤ ਹੈ ਜਿਹੜਾ ਕੱਚਾ ਹੋਏ ਕੰਨਾਂ ਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਕਿ ਉਹ ਗੱਲਾਂ 'ਚ ਆ ਗਿਆ ਕਿ ਤੈਨੂੰ ਇਹ ਕਿਹਾ ਸੀ, ਮੈਨੂੰ ਇਹ ਕਿਹਾ ਸੀ। ਸੋ ਚੁਗਲਖੋਰੀ ਜਿਹੜੀ ਕਿਸੇ ਹੋਰ ਦੀ ਕੀਤੀ ਹੋਈ, ਯੂ ਨੋ, ਉਹ ਵੀ ਕਈ ਵਾਰੀ ਦੋਸਤੀ ਨੂੰ ਤੋੜ ਦਿੰਦੀ ਹੈ। ਅਤੇ ਉਹਦਾ ਵੀ ਹੱਲ ਇਹੀ ਹੈ ਕਿ ਆਪਸ ਵਿੱਚ ਕਲੈਰਿਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ, ਰਾਦਰ ਦੈਨ ਕਿ ਹਾਂ ਬਸ ਹੁਣ ਇਹਨੇ ਖੋਇਆ ਅਤੇ ਆਪਣੇ ਆਪ ਹੀ ਵੱਖਰੇ ਹੋ ਜਾਓ। ਇੱਕ ਛੋਟੀ ਜਿਹੀ ਬ੍ਰੇਕ ਲੈਂਦੀ ਹਾਂ, ਬ੍ਰੇਕ ਦੇ ਵਿੱਚ ਕਾਲਸ ਕਰੋ ਅਤੇ ਤੁਹਾਡੀ ਹੋਲਡ ਕਰ ਸਕਾਂਗੀ, ਉਹ ਜ਼ਿਆਦਾ ਈਜ਼ੀ ਹੋ ਜਾਏਗਾ ਮੇਰੇ ਵਾਸਤੇ। ਥੈਂਕ ਯੂ ਕਿ ਜ਼ਰੂਰ ਕਾਲ ਜ਼ਰੂਰ ਕਰੋ। ਔਰ ਕਿਹੜੀ ਕਿਹੜੀਆਂ ਚੀਜ਼ਾਂ ਹੈ ਜਿਹਦੇ ਨਾਲ ਹੋ ਸਕਦੀ ਹੈ, ਜਿਸ ਤਰ੍ਹਾਂ ਅਸੀਂ ਹੋਰ ਗੱਲਾਂ ਕਰ ਰਹੇ ਹਾਂ। ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਦੋਸਤੀ ਕਿਹੜੇ ਹਾਲਾਤਾਂ 'ਚ ਟੁੱਟ ਜਾਂਦੀ ਹੈ। ਫਰੈਂਡਸ ਫਾਲ ਅਪਾਰਟ, ਡਿਸਟੈਂਟ ਹੋਣੇ ਸ਼ੁਰੂ ਹੋ ਜਾਂਦੇ ਹਨ, ਬੜੀਆਂ ਚੀਜ਼ਾਂ ਹੋ ਸਕਦੀਆਂ। ਸੋ ਜਿਹੜੀਆਂ ਹੁਣ ਤੱਕ ਆਈਆਂ ਕਿ ਕਮਿਊਨੀਕੇਸ਼ਨ, ਕਿ ਕਿਸੇ ਦਾ ਕਿਹਾ ਹੋਇਆ ਮਾੜਾ ਲੱਗ ਗਿਆ, ਮੈਨੂੰ ਧਿਆਨ ਆ ਰਿਹਾ ਸੀ ਇਹ ਵੀ ਹੋ ਸਕਦਾ ਕਿ ਇੱਕ ਦੋਸਤ ਦੋਨਾਂ 'ਚੋਂ ਹਮੇਸ਼ਾ ਹੀ ਦੂਜੇ ਨੂੰ ਥੱਲੇ ਕਰ ਰਿਹਾ, ਚਲੀ ਜਾ ਰਿਹਾ। ਇੱਕ ਪੁਆਇੰਟ 'ਤੇ ਆ ਕੇ ਉਹਨੂੰ ਲੱਗ ਰਿਹਾ ਕਿ ਮੈਂ ਦੂਸਰੇ ਨੂੰ ਲੱਗਦਾ ਕਿ ਨਹੀਂ, ਇਨਾਫ ਇਜ਼ ਇਨਾਫ, ਹੁਣ ਮੈਂ ਹੋਰ ਨਹੀਂ ਹੈ ਸਹਿਣਾ, ਕਿ ਹਰ ਵਾਰ ਮੈਂ ਹੀ, ਯੂ ਨੋ, ਮੇਰੀ ਸੈਲਫ ਅਸਟੀਮ ਡਾਊਨ ਕਰਦਾ ਰਹਿੰਦਾ ਦੂਸਰਾ ਬੰਦਾ। ਸੋ ਯੂ ਨੋ, ਵਿਦਆਊਟ ਐਕਸਪਲੇਨਿੰਗ ਉਹ ਥੋੜ੍ਹਾ ਡਿਸਟੈਂਸ ਕ੍ਰੀਏਟ ਕਰਨ ਲੱਗ ਜਾਂਦਾ, ਐਸਾ ਵੀ ਹੋ ਸਕਦਾ। ਐਂਡ ਫਿਰ ਇਨ ਅ ਵੇ ਇੱਕ ਬੰਦਾ, ਉਹੀ ਜਿਵੇਂ ਉਸਨੇ ਕਿਹਾ ਸੀ ਕਿ ਤੀਜਾ ਬੰਦਾ ਤੁਹਾਡੇ ਬਾਰੇ ਕੁਛ ਕਹਿ ਰਿਹਾ, ਤੁਸੀਂ ਕੰਨਾਂ ਦੇ ਕੱਚੇ ਹੋ, ਔਰ ਤੁਸੀਂ ਸੁਣ ਕੇ ਆਪਣੀ ਪਰਸੈਪਸ਼ਨ ਬਣਾ ਲਈ ਅਤੇ ਕਹਿਤਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਮੇਰੇ ਬਾਰੇ ਉਹਨਾਂ ਇੰਝ ਕਿਹਾ, ਤੁਸੀਂ ਦੋਸਤੀ ਤੋੜ ਦਿੰਦੇ ਹੋ। ਜਾਂ ਫਿਰ ਇੱਕ ਬੰਦਾ ਜ਼ਿਆਦਾ ਕੋਸ਼ਿਸ਼ ਕਰਦਾ ਰਹਿੰਦਾ ਹਰ ਵਾਰੀ, ਔਰ ਦੂਸਰੇ ਇਸ ਤਰ੍ਹਾਂ ਹੀ ਗੱਡੀ ਚਲੀ ਜਾ ਰਹੀ ਹੈ, ਐਂਡ ਸਡਨਲੀ ਦੂਸਰੇ ਦੋਸਤ ਨੂੰ ਧਿਆਨ ਆਉਂਦਾ ਕਿ ਮੈਂ ਇੱਕ ਪਾਸਾ ਜਿਹਾ ਹੋ ਰਿਹਾ, ਜਦੋਂ ਕਰਾਂ ਮੈਂ ਹੀ ਕਰਾਂ। ਉਹ ਬਿਲਕੁਲ ਨਾ ਟੈਕਸ ਕਰਦਾ, ਨਾ ਕਾਲ ਕਰਦਾ, ਨਾ ਆਉਂਦਾ, ਨਾ ਪੁੱਛਦਾ, ਜਾਂ ਕੋਈ ਹੈਲਪ ਕਰਦਾ, ਇੱਕ ਪਾਸਾ ਚੱਲ ਰਿਹਾ। ਸੋ ਮਤਲਬ ਕਹਿਣ ਦਾ ਕਿ ਇੱਕਦਮ ਕੋਈ ਅਹਿਸਾਸ ਹੋ ਤਾਂ ਬੜੀ ਦੇਰ ਤੋਂ ਰਿਹਾ ਸੀ ਉਹ, ਪਰ ਅਹਿਸਾਸ ਹੋ ਸਕਦਾ। ਔਰ ਕਈ ਵਾਰੀ ਹੋ ਸਕਦਾ ਕਿ ਤੁਸੀਂ ਬੜੀਆਂ ਚੀਜ਼ਾਂ ਉਹ ਕਰਦੇ ਹੋ, ਇਕੱਠੇ ਹੋ ਕੇ ਕਰਦੇ ਹੋ, ਕਲੱਬ ਜਾਂਦੇ ਹੋ, ਤਾਸ਼ ਖੇਡਦੇ ਹੋ, ਸ਼ਰਾਬ ਪੀਂਦੇ ਹੋ, ਅਗਰ ਤੁਸੀਂ ਉਹ ਪਰਟੀਕੁਲਰ ਐਕਟੀਵਿਟੀ ਕਰਨੀ ਬੰਦ ਕਰਤੀ ਹੈ ਤਾਂ ਤੁਹਾਨੂੰ ਲੱਗਦਾ ਕਿ ਜੇ ਮੈਂ ਹੋਰ ਜ਼ਿਆਦਾ ਉਹਦੇ ਉਸ ਫਰੈਂਡ ਨਾਲ ਟਾਈਮ ਬਿਤਾਵਾਂਗਾ ਤਾਂ ਮੈਂ ਉਸ ਐਕਟੀਵਿਟੀ ਨੂੰ ਰੋਕ ਨਹੀਂ ਸਕਾਂਗਾ। ਸੋ ਇਨ ਅ ਵੇ ਉਹ ਵੀ ਰੀਜ਼ਨ ਹੋ ਸਕਦਾ। ਲੈਟਸ ਸੀ ਸਾਰੇ ਕੀ ਕਹਿ ਰਹੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਦੱਸੋ ਕੀ ਕਹਿੰਦੇ ਹੋ?
मैं तो कहांगी कि कई बार फ्रेंडशिप तां टुटदी है जो साढ़े जिहड़े इंटरस्ट होंगे जो कॉमन इंटरस्ट होंगे वह चेंज हो जाते हैं. राइट जी. कई बार होंगी है कि जो एक दूजे से असं ट्रस्ट करते हैं ना वह ट्रस्ट लॉस्ट हो जाता ड्यू टू सम सरकमस्टांसिस कोई गल हो जाए ने असं एक दूजे को ट्रस्ट करना छड़ दें. जी एक पॉइंट तो होंगे एक बार जो साढ़े इंटरस्ट होंगे ने प्रायोरिटीज बच्चियां दियां वो हो जाती हैं असि उन्होंने जो मैसेजेस आते हैं वो प्रॉपरली रिस्पोंड नहीं करते. जी जी मतलब ऑटोमैटिक ही थोड़ा स्लो होंदा गया तुसी ज़्यादा तुहाडे प्रायोरिटीज बदल गई हैं तुसी ज़्यादा इंटरस्ट किते होर लै रहे हो ते ओ दूसरा भी सोचता है कि दूरियां वध गईयां. मैं होर जिहड़ा अजकल नवां कहांगी जिहड़ा डिजिटल आ गया ना ए सोशल मीडिया इन्हें भी फ्रेंडशिप का बहुत किया क्योंकि सोशल मीडिया से अजकल बच्चे जाते हैं जी भी जाते हैं जिवें इन्ने फ्रेंड्स हो जाते हैं असि जिहड़े इन पर्सन असि जिहड़ा कम्युनिकेशन घट कर कर दिंदे आ ओहदा भी बड़ा फर्क पैंदा. दैट्स वेरी ट्रू. बिल्कुल बिल्कुल क्योंकि जिहड़ी क्लोज फ्रेंडशिप है ओ ओहदे विच टाइम नहीं कढ रहे और जिहड़ी ओ असि यू नो 200-400 फ्रेंड्स. हां जी हां जी बहुत बहुत इफेक्ट पैंदा. बहुत इफेक्ट है. दैट्स ट्रू. एक मैं कहांगी एक भरोसा हुंदा एक दोस्त दे उत्ते ते चार लाइनां दसांगी. एक दोस्त ने दोस्त नूं पुछिया दोस्ती दा की मतलब हुंदा है. दोस्त ने मुस्कुरा के जवाब दित्ता पागल एक दोस्ती है जिदा कोई मतलब नहीं हुंदा जिथे मतलब हुंदा उथे कोई दोस्त नहीं हुंदा. असि भी मतलब वाली दोस्ती भी करन लग पए आ हुण जिथे साडा इंटरेस्ट हुंदा ओहदे नाल फ्रेंडशिप हो जांदी है. राइट राइट. नहीं दैट्स ट्रू. या 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 जिंदगी इस तरह दी हो गई है अनफॉर्चुनेटली के बेनिफिट्स दा पहले ध्यान रहंदा है एंड दोस्ती जड़ी सिर्फ एक हुंदा ना कि कोई वजह नहीं है वो प्यार वाली वो मोहब्बत वाली. जी बहुत वधिया. थैंक यू सो मच. एंड रमिंदर जी व्हाइल यू आर ऑन लाइन के अगर किसी सर्कमस्टेंस करके तोड़नी पे व्हाट इज द बेस्ट वे टू यू नो एंड द फ्रेंडशिप. नहीं और दस के कहो ये नहीं एकदम डोंट मतलब चुप ना हो जो लेट द फ्रेंड नो कि मैं ऐ फील कर रही हां कि तू मेनू रिस्पोंड नहीं कर रही. साडे वालों एफर्ट्स नहीं होंगे कई बार दोस्ती तां टुटदी है. सानू एफर्ट्स पाने चाहिए दोस्ती करन वास्ते. असी जिले एफर्ट्स नहीं पाते तो उसनू दसो तेरिया प्रायोरिटीज बदल गई ने साडे इंटरस्ट बदल गए हूँ एज नाल साडे इंटरस्ट बदलते हैं. असी यंगर एज ग्रुप साडे होर इंटरस्ट होंगे ने बचपन दिया सहेलियां होंदिया ने थोड़े साडे इंटरस्ट बदल जाते असं इन्हों दस सकते हैं कि मेरी प्रायोरिटीज बदल गई ने तो मैं इस करके इन्हों प्रायोरिटीज से प्रैफर कर रही हूँ रोकना जड़ा ओ बड़ा यू नो ओ हर्ट करदा ओ जिस तरह हुण जिन्होंने सानू खास तौर पे रिक्वेस्ट की उन्होंने लग रहा है कि मैं की किया बिकॉज यू कीप गोइंग ऑन दैट स्पायरल कि पता नहीं मेरे तो की हो गया पता नहीं की होया है क्यों हो गया. सो क्लोजर नहीं मिलता जो फ्रेंडशिप दे विच अगर एंड करनी भी पे तो ऑफकोर्स और यू नो कि हाँ प्रायोरिटीज़ बदल गई मेरे को फलानी चीज़ जी असं हमेशा इकट्ठे करते हैं वो वास्ते हूँ टाइम ही नहीं रहा या इंटरस्ट नहीं रहा या मेरी जिंदगी बदल गई मैनू वो बेमैने लगन लग गया. भावें कई दोस्तियाँ इंजी होंगे जिन्हों ना असं बड़ा मज़ा आता बैठ के चुगल करना गॉसिप करना. सो हो सकता है एक दोस्त का गॉसिप च इंटरस्ट ना रहे एंड फिर तुसी कहो कि नहीं यू नो हुण जदों करदी हां ते ओ एक गॉसिप ही होंदा सो लेट मी नॉट डू इट. बट लेट आई मीन यू कांट टेल योर फ्रेंड कि क्योंकि तू गॉसिप करदी हां मैं नहीं. सो वो स्लोली फॉल आउट भी कर सकता है एंड आई थिंक अजकल सारे मच्योर भी हैं समझ जाएंगे कि गॉसिप करके. बट थोड़ा इस बारे की ख्याल है जो मैं हमने किया प्लीज डू कॉल एंड टेल मी. लेट मी टेक अ शॉर्ट ब्रेक. सारा दा फिर स्वागत है. या फ्रेंडशिप के बारे गल हो रही है. ऑफकोर्स एक दोस्त सडनली डिस्टेंट यू नो एक फासला जहा बना लवे कन्फ्यूजन तो होंदा है. कन्फ्यूजन तो होना जेन्युइन है बट समहाउ थोड़ी मैच्योरिटी भी चाहिए है समझण नूं क्योंकि कई बार हो सकता है कि जिवें असीं पहले गल की है एक्टिविटीज़ उन्हां नूं इंटरस्ट नहीं कर रही हैं बट कई बार हो सकता है इट्स नथिंग अबाउट यू.
हो सकता दोस्त बड़ी वारी दोस्त किसी रफ पैच चो निकल रहे हो, कोई पर्सनल इश्यूज हो रहे हो, तो तुसी जिन्ना चाहते हो कि एज अ गुड फ्रेंड तुसी उस चीज़ च पार्टिसिपेट करना चाहते हो, तुसी हेल्पफुल होना चाहते हो, पर वो जिस चीज़ चो लंघ रहे होंगे वो डिस्टेंट हो जाते हैं. सो इट्स नॉट अबाउट यू बट उन्हां दी पर्सनल लाइफ एंड पर्सनल उन्हां दी स्टेट ऑफ माइंड कि उन्होंने किसी नाल भी अच्छा नहीं लग रहा हों गल करना है अक्सर यू नो यह रीज़न हो सकता है. बट उस वेले एक मैच्योरिटी चाहिए है अपने आप नू भी कि थोड़ा टाइम दईए स्पेस दईए. सो लेट्स सी होर की कह रहे हैं. हैलो हाँ जी सत श्री अकाल. सत श्री अकाल जी. हैलो हैलो सुदर्शन जी. मुझे इसमें समझ नहीं आई कोई लाइन थोड़ी सी. आपको आपकी आवाज सबको पहुंच रही है सुदर्शन जी प्लीज. मेरी सांसों में तू है समाया, मेरा जीवन तो है तेरा साया, तेरी पूजा करूं मैं तो हरदम, ये है मेरे करूं कभी खुशी कभी गम. जी सो हेलो कभी गम. सुदर्शन जी गाना तो सुना गए ने बट पूरा शायद नहीं अटेंड कर रहे राइट नाउ कि की कह रहे ने, बट दोबारा कॉल करो सुदर्शन जी. बहुत वधिया. द थिंग इज़ कि यह बड़ी जरूरी गल है कि असी इस चीज़ का ध्यान रखिए कि कोई भी है. एक होर जरा टैक्सट आया कई बारी कहते कि थोड़ा फैमिली नू या थोड़े सिग्निफिकेंट अदर थोड़ी वाइफ थोड़ा हसबेंड वो उस फ्रेंड नू पसंद नहीं करता या वो पसंद नहीं करता या जिस तरह का टाइम तुसी कट्ठे बिता रहे हो वो थोड़े सिग्निफिकेंट अदर थोड़े स्पाउस नू पसंद नहीं आ रहा. सो वो भी एक रीज़न हो सकता है कि थानू वो दोस्ती तोड़नी पेगी बिकॉज ऑफकोर्स एट स्टेक की है. जिमें कल दी गल सी वाइफ नू शराब पीना फ्रेंड दे नाल नहीं पसंद आ रहा, ईवन उहदे ते वो ज़्यादा फ्रेंड्स जिहड़े आपस विच एक यू नो ड्रिंकिंग बडीज सीगे इन्ना ज़्यादा वो नहीं सीगे. बट दूसरे पासे देखा जाए कि अगर वो अच्छे फ्रेंड्स होण भी पर अगर वाइफ नू ये नहीं पसंद आ रहा कि तुसी इकट्ठे होंदे हो जदों भी तो तुसी अपनी सेहत का नुकसान कर रहे हो. तो इफ़ यू केयर अबाउट योर हेल्थ एंड योर यू नो वाइफ एंड द सारा जड़ा ओवरऑल एनवायरमेंट ठीक रहे तो फिर भी तुसी डिस्टेंस क्रिएट कर लोगे. एंड प्रोबली इट इज़ हार्ड टू टेल अ फ्रेंड कि मेरी वाइफ नू तू पसंद नहीं या मेरे हसबेंड नू तू पसंद नहीं. सो वो भी एक रीज़न हो सकता है. सो असी रीज़न्स की गल कर रहे हैं कई बार साड़ा ध्यान उहदे च जांदा ही नहीं. जिहड़े पहले रीज़न्स आ रहे हैं ना कम्यूनिकेशन नहीं हुई कोई गल मूँह चो निकल गई वो साड़ा सब तो पहले जांदा है ध्यान और वो सानू तंग भी बहुत करता है क्योंकि वो फिर असी लगता है कि साड़ा कंट्रोल हैगा पता नहीं मैं की करता यू नो एक सैल्फ एक स्पायरल जरा माइंड का सैटअप है वह चलता रहा जरा कि थकाना है एग्जॉस्ट करता है. सो होर रीजनस की गल ता ही कर रहे हैं कि बड़िया सारिया रीजनस हो सकती हैं. तुसी अपना इस चीज़ जिमें कह रहे हैं कि मैं तो बहुत डिप्रेशन च आई हुई हाँ क्योंकि वह बोल नहीं रही क्योंकि वह डिस्टेंस क्रिएट कर रही है तो होया की है मैनू पता नहीं मैनू इस चीज़ का एहसास ही नहीं हो रहा कि होया. सो हो सकता इट इज़ अबाउट ह हो सकता देर इज़ सम अदर रीज़न पर उस चीज़ का रीज़न नो समझना विल डेफिनेटली हेल्प यू. लेट मी टेक अ कॉल एंड देन सी. हैलो हाँ जी सत श्री अकाल. सत श्री अकाल जी. हैलो मुझे पूरे गाने की तो समझ नहीं आई थोड़ी सी आवाज़ में डिस्टर्बेंस है. आई लव आई थिंक सुदर्शन जी इज़ नॉट टॉकिंग टू अस बट एनीवेज जो असी कह रहे सी कि हाँ फ्रेंड्स दे विच बड़िया सारिया चीज़ा हो सकदियां. तुसी भी इहदे बारे की सोचते हो जरूर गल दसो क्योंकि दोस्ती जिवें असी पहले ही कहा कि बहुत ही यू नो एक ऐसा एहसास है एक प्यार कर सकना दोस्त नू एक अच्छा बॉन्ड शेयर कर सकना एक बड़ा बड़ी ब्लैसिंग है लाइफ वास्ते और उन्हों फिर टुटना डेफिनेटली होएगा हर्ट भी होगे बट इस चीज़ का कि ये अनहोनी नहीं हो जाती कि हाँ एक दोस्त नाराज़ हो गया तो डिप्रेशन हो रहा है
उस चीज नो एहसास करना कि दिस इज पॉसिबल एंड देयर आर सो मेनी रीजंस, देयर आर सो मेनी रीजंस जिदे करके यह चीज हो सकती है. इट इज नॉट ऑलवेज अबाउट यू, क्योंकि असं जो भी अपने आप से लेंदे हाँ तो साड़ा जरा यू नो असं तंग भी ज़्यादा होंगे. लेट मी टेक ए शॉर्ट ब्रेक एंड कम बैक. तुसी कॉल जरूर करो एंड मैं दसो कि तुसी समझ रहे हो जिथे असी इस डिस्कशन को लैके जा. लेट मी टेक ए शॉर्ट ब्रेक. लेट्स सी होर सारे ये बारे की कह रहे हैं, इन्हों पुछते हैं. हैलो, हाँ जी सत श्रीकाल. हैलो सत श्रीकाल. हेलो सत श्री अकाल. सत श्री अकाल अरविंद जी. हां जी बड़ा ही दसो जी. हां जी कल बड़ा सवाल जेड़ा तुसी कीता सी के फ्रेंडशिप टूटने दे कारण दसने. हां जी हां जी. अच्छा जी, ये दोस्ती का बंधन भी कितना अजीब होता है, मिल जाए तो बातें लंबी और बिछड़ जाए तो यादें लंबी. कारण दसदा हाँ पर पहचान उन्हां नूं करनी होवेगी कि इन्हां कारणां विचों की कारण ने. सिर्फ एक मिनट विच दस देंगा जी. पहला कारण होंदा है विश्वास दा तोड़ना. चेता करो कदे तुसी उन्हां दा विश्वास ते नहीं तोड़िया, कोई वादा ते नहीं तोड़िया, कोई धोखा ते नहीं दिता. दूजा कारण होंदा है लफ्जां दा इस्तेमाल ते इस्तेमाल जे हिफाजत नाल ना करिए तां भी किते चोट पहचा दे नाल जा जी. कोई आप शब्द ते नहीं बोल दता जी जी जी. उन्हां नूं बेइज्जत ता नहीं कर दता. तीजा है कदे उन्हां उत्ते वक्त खराब आया होवे ते तुसी उस समय उन्हां दी हेल्प ना कीती होवे. चौथा है ज्यादा बिजी रहना जां घमंडी होना भी एक कारण हो सकता है. हां पंजवां है ए भी कारण हो सकता है तुसी अपने दोस्त दी किसी कोल बुराई कर दित्ती होवे ते ओह बुरा मन गया होवे. छेवां है कई बार ज्यादा मजाकिया मजाजी होना भी गलत होंदा है. सतवां है ज्यादा मंगण दी प्रवृत्ति भी एक कारण होंदा है जिस नाल दोस्त पिछा छडाउणा जा सकदा है. अठवां है तुहाडे चरित्र दा चंगा ना होना भी एक कारण होंदा है जां अगले नूं रिस्पैक्ट दा ना देना भी. नौवां कारण होंदा है ज्यादा झूठ बोलना भी एक कारण है. दसवां है हमेशा दूजे बंदे नूं उस दिया कमियां ही दसदे रहना ते एप्रिशिएट कदे भी नहीं करना ये भी एक कारण है. आखरी है किते तुसी ज्यादा शो ऑफ तो नहीं करदे जां किते ईमानदारी दी घाट ते नहीं तुहाडे विच. हल भी इहदा दस देना थोड़ा जिहा अरविंद जी. दिल दी गल उसनू साफ दसो. दसण नाल ही फैसले हुंदे ने ते ना दसण नाल फासले वधदे ने. वैसे सच्चे रिश्ते दी खूबसूरती एक दूजे दियां गलतियां नूं बर्दाश्त करन विच ही हुंदी है, क्योंकि बिना गलती दा इंसान तलाश करोगे तां इकल्ले रह जाओगे. वेरी वेरी ट्रू, वेरी ट्रू. गुरदीप जी कल जदों असीं इह सवाल कीता सी तुसीं थोड़े पॉइंट्स लिख ले सी. मैं हां जी ओह मैं सारे पॉइंट लिख ले गए. मैं उठिया ही लेट हुणे ही उठिया ते हुणे कॉल कीती ते मेरा नंबर मिल गया. सिर्फ 10 मिनट रहिंदे तुहाडे प्रोग्राम च बड़े सारे पॉइंट्स इकट्ठे करके गुरदीप जी ने दसते हैं. यू नो होमवर्क किया होया सी उन्होंने इन अ वे आई वुड से. बट बड़ा वधिया कि कई बार यू नो अपने मूँह की ये सारिया चीज़ा मैं दोबारा ना दोहरावा कि असी बड़िया सारिया डिस्कस कितिया केड़े रीजनस करके थोड़ी यू नो फ्रेंड दूर हो रहा है थोड़े तो. एंड जिस तरह मैं पहले कहा कि थोड़ा जहा सबर और मन का यू नो दायरा वधा के देखना पेगा कि हो सकता इट्स नॉट अबाउट यू. वो किसी होर चीज़ चो निकल रहा है, उन्होंने किस तरह टैकल करना है फिर वो तुसी दूसरी तरह देखोगे कि कुछ होर हेल्प तो नहीं चाहिए. बिकॉज बहुत ऑफन देखा है कि कोई डिवोर्स के थ्रू जा रहा है, कोई बच्चे की बीमारी के थ्रू जा रहा है, या किसी के घर का कुछ होर प्रॉब्लम है तो वो अपने दोस्तों तो डिस्टेंस एक वधाण लग जाते हैं अपने आप ऑटोमैटिक जहाँ. सो उसका भी ध्यान रहे. पर होर एक जिमें पहले क्या सी कि हाँ स्पाउस नू ना पसंद आना, वो भी एक रीज़न हो सकता है. थोड़ा स्पाउस थोड़ी फ्रेंड नू बहुत ज़्यादा अटेंशन दे रहा, वो भी एक रीज़न हो सकता है कि यू नो कि तुसी जेलस हो गए कि हाँ जी मेरा फ्रेंड मेरा हस्बैंड या मेरी वाइफ जो है बस मेरे जदों
ਇਕੱਠੇ ਹੁੰਦੇ ਆ ਤਾਂ ਫਿਰ ਮੈਂ ਕੁਛ ਨਹੀਂ ਉਹੀ ਉਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਉਹਨਾਂ ਘਰ ਕੁਛ ਕਲੇਸ਼ ਹੋਇਆ ਔਰ ਉਹਨਾਂ ਨੇ ਕਿਹਾ ਜੀ ਬਸ ਹੋਰ ਨਹੀਂ ਕਰ ਸਕਦੇ ਮਤਲਬ ਇਟ ਇਜ਼ ਫਨੀ ਬਟ ਅਗਰ ਸੱਚਾਈ 'ਚ ਇਹ ਚੀਜ਼ ਹੋ ਰਹੀ ਹੋਏ ਤਾਂ ਬੜੀ ਮੁਸ਼ਕਿਲ ਪੈ ਸਕਦੀ ਹੈ ਫੈਮਲੀ ਦੇ ਵਿੱਚ ਸੋ ਇਸ ਤਰ੍ਹਾਂ ਨਾਲ ਵੀ ਹੋ ਸਕਦਾ ਬਟ ਇਹ ਕਹਿਣਾ ਮੈਂ ਜ਼ਰੂਰੀ ਸਮਝਾਂਗੀ ਕਿ ਜਿਸ ਤਰ੍ਹਾਂ ਕਿ ਅੱਛੇ ਤਰੀਕੇ ਹੈ ਆਈ ਅੰਡਰਸਟੈਂਡ ਕਿ ਫਰੈਂਡਸ਼ਿਪ ਇਜ਼ ਬਲੈਸਿੰਗ ਜੇ ਅੱਛਾ ਦੋਸਤ ਹੋਏ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਵਾਸਤੇ ਐਫਰਟ ਕਰਨੀ ਕਿ ਦੋਸਤੀ ਬਣੀ ਰਹੇ ਬਹੁਤ ਜ਼ਰੂਰੀ ਹੈ ਬਟ ਸਮ ਹਾਓ ਕੋਈ ਕੋਈ ਦੋਸਤੀ ਜਿੰਨੀ ਮਰਜ਼ੀ ਅੱਛੀ ਹੋਏ ਲੇਕਿਨ ਉਹਦਾ ਹੋ ਸਕਦਾ ਕਿ ਜਿਵੇਂ ਕਹਿੰਦੇ ਨਾ ਬਸ ਜਿੰਨਾ ਟਾਈਮ ਵਾਸਤੇ ਉਹਦਾ ਸਿਗਾ ਉਹ ਹੋ ਗਿਆ ਇਟਸ ਡਨ ਇਟਸ ਟਾਈਮ ਉਹ ਵੀ ਹੋ ਸਕਦਾ ਕਿਉਂਕਿ ਹੋ ਸਕਦਾ ਇੰਟਰਸਟ ਚੇਂਜ ਹੋ ਗਏ ਜਿਵੇਂ ਅਸੀਂ ਪਹਿਲੇ ਗੱਲ ਕੀਤੀ ਹੈ ਕੋਈ ਵੀ ਹੋਰ ਚੀਜ਼ ਚੇਂਜ ਹੋ ਗਈ ਐਂਡ ਦੂਸਰੇ ਪਾਸੇ ਅਗਰ ਤੁਸੀਂ ਉਹਨਾਂ ਉਸ ਪਾਸੇ ਖੜ੍ਹੇ ਹੋ ਜਿੱਥੇ ਤੁਸੀਂ ਡਿਸਟੈਂਸ ਕ੍ਰੀਏਟ ਕਰਨਾ ਚਾਹੁੰਦੇ ਹੋ ਤੁਹਾਨੂੰ ਕੰਫਰਟੇਬਲ ਨਹੀਂ ਹੋ ਰਿਹਾ ਜਿਸ ਤਰ੍ਹਾਂ ਗੁਰਦੀਪ ਜੀ ਨੇ ਕਿਹਾ ਕਿ ਕੋਈ ਦੂਸਰਾ ਫਰੈਂਡ ਹੈ ਜਿਹੜਾ ਤੁਹਾਨੂੰ ਹਮੇਸ਼ਾ ਥੱਲੇ ਕਰਦਾ ਤੁਹਾਡੀ ਸੈਲਫ ਅਸਟੀਮ ਨੂੰ ਡਾਊਨ ਕਰਦਾ ਭਾਵੇਂ ਮਜ਼ਾਕਾਂ 'ਚ ਹੀ ਕਰਦਾ ਪਰ ਉਹ ਰੈਗੂਲਰਲੀ ਆਲ ਦਾ ਟਾਈਮ ਕਰ ਰਿਹਾ ਅਤੇ ਡੈਫੀਨੇਟਲੀ ਫਿਰ ਤੁਹਾਨੂੰ ਹੱਕ ਹੈ ਕਿ ਤੁਸੀਂ ਡਿਸਟੈਂਸ ਕ੍ਰੀਏਟ ਕਰੋ ਜ਼ਰੂਰੀ ਨਹੀਂ ਹੈ ਕਿ ਹਾਂ ਮੈਂ ਦੋਸਤੀ ਦੇ ਪਿੱਛੇ ਮੈਂ ਨਾ ਹੋਵਾਂ ਜਿਹੜਾ ਪਿੱਛੇ ਹਟਾਂ ਭਾਵੇਂ ਤੁਹਾਡਾ ਆਪਣਾ ਨੁਕਸਾਨ ਹੋ ਰਿਹਾ ਕਿਉਂਕਿ ਇੱਕ ਸੈਲਫ ਅਸਟੀਮ ਡਾਊਨ ਹੋ ਰਹੀ ਹੈ ਜਾਂ ਦੋਸਤ ਵੱਲੋਂ ਕਿਹਾ ਗਿਆ ਕਿ ਤੂੰ ਇੰਝ ਹੈ ਤੂੰ ਇੰਝ ਹੈ ਉਹ ਅਸਰ ਬੜਾ ਕਰਦਾ ਅਤੇ ਉਹ ਤੁਹਾਡੇ ਬਾਕੀ ਰਿਲੇਸ਼ਨਸ਼ਿਪਸ 'ਤੇ ਵੀ ਉਹਦਾ ਅਸਰ ਹੋਏਗਾ ਸੋ ਦੇਰ ਇਜ਼ ਨੋਟ ਡੋਂਟ ਫੀਲ ਗਿਲਟੀ ਅਗਰ ਯੂ ਆਰ ਦਾ ਵਨ ਜਿਹੜਾ ਸੋਚੇ ਕਿ ਹਾਂ ਮੈਂ ਅਲੱਗ ਕਰਨਾ ਕਿਉਂਕਿ ਕਈ ਵਾਰੀ ਇਹ ਅਹਿਸਾਸ ਵੀ ਕਿ ਮੈਂ ਹੀ ਸਭ ਕਰਦਾ ਅਗਰ ਮੈਂ ਹੈਲਪ ਕਰਾਂ ਮੈਂ ਕਾਲ ਕਰਾਂ ਮੈਂ ਕਰਾਂ ਪਰ ਦੂਸਰੇ ਪਾਸੋਂ ਕੁਛ ਨਹੀਂ ਹੈ ਅਗਰ ਤੁਸੀਂ ਉਸ ਖਿੱਚ ਵਿੱਚ ਰਿਲੇਸ਼ਨਸ਼ਿਪ ਨੂੰ ਧਰੂਈ ਜਾ ਰਹੇ ਹੋ ਇਟਸ ਓਕੇ ਇਫ ਯੂ ਵਾਂਟ ਟੂ ਟੇਕ ਅ ਡਿਸ ਯੂ ਨੋ ਕ੍ਰੀਏਟ ਸਮ ਡਿਸਟੈਂਸ ਆਈ ਥਿੰਕ ਸੋ ਕਿਉਂਕਿ ਉਹ ਹੈਲਦੀ ਹੈ ਅਤੇ ਤੁਸੀਂ ਵੀ ਉਸ ਤਰ੍ਹਾਂ ਆਪਣੇ ਆਪ ਨੂੰ ਵੀ ਹੈਲਦੀ ਰੱਖ ਸਕੋਗੇ ਆਪਣੇ ਮਾਹੌਲ ਨੂੰ ਆਪਣੀ ਖੁਸ਼ੀ ਫੈਮਲੀ ਨੂੰ ਵੀ ਦੇ ਸਕੋਗੇ ਸੋ ਦੇਰ ਆਰ ਰੀਜ਼ਨਸ ਜਿਹਦੇ ਪਿੱਛੇ ਤੁਸੀਂ ਦੋਸਤੀ ਨੂੰ ਤੋੜਨਾ ਪੈਂਦਾ ਭਾਵੇਂ ਵਿਦ ਅ ਹੈਵੀ ਹਾਰਟ ਬਟ ਹੋ ਸਕਦਾ ਹੈ ਕਿ ਕੋਈ ਯੂ ਨੋ ਉਹ ਜਿਸ ਤਰ੍ਹਾਂ ਟਰੱਸਟ ਨਹੀਂ ਹੈ ਜਾਂ ਉਹਦੀਆਂ ਆਦਤਾਂ ਐਸੀਆਂ ਹੋ ਗਈਆਂ ਜਿਹੜਾ ਤੁਸੀਂ ਨਹੀਂ ਬਰਦਾਸ਼ਤ ਕਰ ਸਕਦੇ ਜਾਂ ਵੈਲਿਊਜ਼ ਬਦਲ ਗਈਆਂ ਯੂ ਨੋ ਉਹ ਕਿਤੇ ਹੋਰ ਹੀ ਜ਼ਿੰਦਗੀ ਤੁਸੀਂ ਕਿਸੇ ਹੋਰ ਪਾਸੇ ਚੱਲੇ ਹੋਏ ਹੋ ਉਹ ਕਿਸੇ ਹੋਰ ਪਾਸੇ ਚੱਲਿਆ ਹੋਇਆ ਐਂਡ ਬਾਵਜੂਦ ਕਿ ਤੁਸੀਂ ਉਹਨੂੰ ਸਮਝਾਇਆ ਦੱਸਿਆ ਉਹ ਕੁਛ ਗਲਤ ਕਰ ਰਿਹਾ ਜਿਹਦਾ ਤੁਸੀਂ ਨਹੀਂ ਇਨਵੋਲਵ ਹੋਣਾ ਚਾਹੁੰਦੇ ਅਤੇ ਉਸ ਵੇਲੇ ਇੱਕ ਸਟੈਪ ਲੈਣਾ ਉਹ ਗਲਤ ਨਹੀਂ ਹੋਏਗਾ ਅਗਰ ਤੁਸੀਂ ਸਟੈਪ ਲੈਂਦੇ ਹੋ ਕਿ ਹਾਂ ਮੈਂ ਦੋਸਤੀ ਇੱਥੇ ਇਟਸ ਇਨਫ ਸੋ ਯੂ ਨੋ ਇਹ ਬੜਾ ਇੰਪੋਰਟੈਂਟ ਹੈ ਸੋਚਣਾ ਕਿਉਂਕਿ ਕਈ ਵਾਰੀ ਅਸੀਂ ਦੇਖਿਆ ਕਿ ਇੱਕ ਵਾਰੀ ਬਹੁਤ ਅੱਛੀ ਦੋਸਤੀ ਸੀ ਪਰ ਇਸ ਉਹਦੇ ਦੇ ਉੱਤੇ ਹੀ ਉਹ ਧਰੂਈ ਜਾਂਦੇ ਯੂ ਕੈਰੀ ਦੈਟ ਬੈਗ ਫੋਰ ਐਵਰ ਕਿ ਨਹੀਂ ਨਹੀਂ ਕਦੀ ਬੜੀ ਅੱਛੀ ਸੀਗੀ ਮੇਰੇ ਵੱਲੋਂ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਕਿੰਨਾ ਹੀ ਬੈਗੇਜ ਭਾਰਾ ਹੋ ਜੇ ਭਾਵੇਂ ਥੋੜ੍ਹਾ ਨੁਕਸਾਨ ਹੋ ਰਿਹਾ ਭਾਵੇਂ ਥੋੜ੍ਹੀ ਸੈਲਫ ਅਸਟੀਮ ਦਾ ਨੁਕਸਾਨ ਹੋ ਰਿਹਾ ਕਮੀ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਹੋ ਸਕਦਾ ਇੱਕੋ ਪਾਸਾ ਕਿ ਉਹ ਸਿਰਫ ਲੈਣਾ ਜਾਣਦਾ ਦੇਣਾ ਨਹੀਂ ਜਾਣਦਾ ਉਹਦੇ 'ਚ ਵੀ ਤੁਸੀਂ ਕਿਰਜਦੇ ਰਹਿੰਦੇ ਹੋ ਪਰ ਯੂ ਨੋ ਅੰਡਰ ਅਨਲੈਸ ਤੁਸੀਂ ਇੱਕ ਆਪਣੇ ਮਨ ਤੋਂ ਕੰਫਰਟੇਬਲ ਹੋ ਦੈਟਸ ਫਾਈਨ ਪਰ ਜਦ ਤੋਂ ਤੁਸੀਂ ਆਪਣਾ ਮਨ ਉਂਝ ਕਰਕੇ ਉਹਨੂੰ ਧਰੂਈ ਜਾ ਰਹੇ ਹੋ ਦੈਟਸ ਨੋਟ ਫਰੈਂਡਸ਼ਿਪ ਹੋ ਸਕਦਾ ਉਹ ਪਹਿਲੀ ਵਾਰੀ ਬਹੁਤ ਵਧੀਆ ਸੀ ਬਟ ਇਟਸ ਲਿਵਡ ਇਟਸ ਲਾਈਫ ਸੋ ਬਸ ਇੰਨਾ ਹੀ ਕਹਾਂਗੇ ਕਿ ਦੋਸਤੀ ਬਹੁਤ ਹੀ ਬਲੈਸਿੰਗ ਹੈ ਪਰ ਉਹਨੂੰ ਇੱਕ ਡੈਫੀਨੇਟਲੀ ਇੱਕ ਐਫਰਟ ਚਾਹੀਦੀ ਹੈ ਯੂ ਨੋ ਟੂ ਕੀਪ ਇਨ ਟੱਚ ਵਿਦ ਯੋਰ ਫਰੈਂਡਸ ਐਂਡ ਰੈਸੀਪ੍ਰੋਕੇਟ ਅਗਰ ਤੁਸੀਂ ਹੈਲਪ ਲੈਂਦੇ ਹੋ ਦਿੰਦੇ ਹੋ ਐਡਵਾਈਸ ਲੈਂਦੇ ਹੋ ਦਿੰਦੇ ਹੋ ਇੱਕ ਪਾਸਾ ਬਹੁਤ ਦੇਰ ਕੁਛ ਵੀ ਨਹੀਂ ਚੱਲਦਾ ਐਂਡ ਅਗਰ ਬਹੁਤ ਜ਼ਰੂਰੀ ਹੈ ਤਾਂ ਤੋੜਨ ਦੇ ਵਿੱਚ ਡੋਂਟ ਫੀਲ ਗਿਲਟ ਲਾਈਫ ਇਜ਼ ਬਿਗਰ ਦੈਨ ਵਨ ਫਰੈਂਡਸ਼ਿਪ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ